ਪਿੰਡ ਗੁਰਦਿੱਤਪੁਰਾ ਦੇ ਖੇਤਾਂ ਵਿੱਚ ਖੰਬੇ ਦੀਆਂ ਤਾਰਾਂ ਦੇ ਭਿੜਨ ਕਾਰਨ ਨਿਕਲੀ ਚੰਗਿਆੜੀ ਤੋਂ ਲੱਗੀ ਭਿਆਨਕ ਅੱਗ। ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਦੇਖਦੇ ਦੇਖਦੇ ਪੂਰੇ ਖੇਤ ਵਿੱਚ ਫੈਲ ਕੇ ਸਾਰੀ ਨਾਲ ਦੇ ਸਾੜ ਕੇ ਸੁਆਹ ਕਰ ਦਿੱਤੀ। ਇੰਨਾ ਹੀ ਨਹੀਂ, ਨਾਲ ਲੱਗਦੇ ਪਿੰਡ ਦੇ ਲੋਕਾਂ ਦੇ ਗੁਹਾਰੇ ਦੇ ਕੁੱਪਾਂ ਨੂੰ ਵੀ ਇਸ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਜਦੋਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਲੋਕਾਂ ਨੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਆ ਗਈ। ਫਿਰ ਪਿੰਡ ਦੇ ਲੋਕਾਂ ਨੇ ਫਾਇਰ ਟੀਮ ਨੂੰ ਸੂਚਨਾ ਕੀਤੀ ਤੇ ਨਾਭਾ ਦੀ ਫਾਇਰ ਟੀਮ ਸ਼ਮਸ਼ੇਰ ਸਿੰਘ, ਗੁਰਤੇਜ ਸਿੰਘ, ਗੁਰਵਿੰਦਰ ਸਿੰਘ, ਗਗਨਦੀਪ ਸਿੰਘ, ਪਰਮਿੰਦਰ ਸਿੰਘ ਆਪਣੀ ਪੂਰੀ ਟੀਮ ਸਮੇਤ ਸਮਾਂ ਨਾ ਗਵਾਉਂਦੇ ਹੋਏ ਪਿੰਡ ਗੁਰਦਿੱਤਪੁਰਾ ਪਹੁੰਚੇ ਅਤੇ ਫਾਇਰ ਦੀ ਮਦਦ ਨਾਲ ਕੜੀ ਮੁਸ਼ਕਤ ਦੇ ਬਾਅਦ ਅੱਗ ਉੱਪਰ ਕਾਬੂ ਪਾ ਲਿਆ। ਬਾਬਾ ਜੀ, ਇਹ ਅੱਗ ਕਿਵੇਂ ਲੱਗੀ? ਇਹ ਸ਼ਾਰਟ ਸਰਕਟ ਜਿਹੜਾ ਉਹ ਬਲ ਹੈ, ਕਾਲਾ ਜਿਹਾ ਦਿਖ ਰਿਹਾ ਹੈ, ਹਾਂਜੀ, ਉੱਥੋਂ ਚੰਗਿਆੜੀ ਡਿੱਗੀ ਹੈ। ਅੱਛਾ ਜੀ। ਉਹਦੇ ਨਾਲ ਹਵਾ ਤੇਜ਼ ਆ ਗਈ, ਇੱਕਦਮ ਇੱਥੇ ਆ ਗਈ ਸੜਕ 'ਤੇ ਅੱਗ। ਅੱਛਾ ਜੀ। ਹਾਂ, ਅਤੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਨੁਕਸਾਨ ਕੋਈ ਖਾਸ ਨਹੀਂ ਹੋਇਆ, ਇਹ ਪਿਛੜੇ ਸੀਗਾ। ਅੱਛਾ ਜੀ। ਥੋੜ੍ਹੀ ਬਣਾਈ ਹੋਈ ਸੀ। ਅੱਛਾ ਜੀ। ਛੁਰਤੀ ਅਤੇ ਗੁਹਾਰਿਆਂ ਦਾ ਨੁਕਸਾਨ ਹੋ ਗਿਆ, 5-6 ਗੁਹਾਰਿਆਂ ਦਾ, 3 ਬੰਦਿਆਂ ਦੇ ਗੁਹਾਰੇ 'ਤੇ। ਅੱਛਾ ਜੀ। ਇਹਨਾਂ ਦਾ ਨੁਕਸਾਨ